ਇਸ ਪ੍ਰਯੋਗ ਵਿੱਚ ਗੋਤਾਖੋਰ ਨਾ ਕੇਵਲ ਡੁੱਬੇਗਾ ਪਰ ਘੁੰਮਦਾ ਵੀ ਰਹੇਗਾ। ਤੁਹਾਨੂੰ ਇੱਕ ਪਾਣੀ ਦੀ ਭਰੀ ਪਲਾਸਟਿਕ ਦੀ ਬੋਤਲ, ਇੱਕ ਪਲਾਸਟਿਕ ਡਰੋਪਰ, ਇੱਕ ਨੱਟ ਅਤੇ ਇੱਕ ਗੋਲਾਕਾਰ ਪੱਖਾ ਜੋ ਪਤਲੀ ਐਲਮੀਨੀਅਮ ਤੋਂ ਕੱਟਿਆ ਹੋਵੇ ਚਾਹੀਦਾ ਹੈ। ਨੱਟ ਨੂੰ ਡਰੋਪਰ ਵਿੱਚ ਰੱਖੋ ਤਾਂ ਜੋ ਉਹ ਭਾਰਾ ਹੋ ਜਾਏ ਅਤੇ ਐਲਮੀਨੀਅਮ ਦਾ ਪੱਖਾ ਵੀ। ਹੁਣ ਲੋੜ ਜੋਗਾ ਪਾਣੀ ਡਰੋਪਰ 'ਚ ਭਰੋ ਤਾਂ ਜੋ ਉਹ ਪਾਣੀ ਵਿੱਚ ਤੈਰ ਸਕੇ। ਜੇ ਉਹ ਡੁੱਬ ਜਾਏ ਉਹ ਜ਼ਿਆਦਾ ਭਾਰਾ ਹੈ, ਜੇਕਰ ਉਹ ਬਾਹਰ ਉੱਭਰੇ ਤਾਂ ਉਹ ਜ਼ਿਆਦਾ ਹਲਕਾ ਹੈ। ਇਸ ਡਰੋਪਰ ਨੂੰ ਪਾਣੀ ਦੀ ਭਰੀ ਬੋਤਲ ਵਿੱਚ ਪਾਓ ਅਤੇ ਢੱਕਣ ਬੰਦ ਕਰ ਦਿਓ। ਹੁਣ ਡਰੋਪਰ ਵਿੱਚ ਦੇ ਪ੍ਰੈਸ਼ਰ ਦਬਾਅ ਕਰਕੇ ਕੁਝ ਪਾਣੀ ਡਰੋਪਰ ਦੇ ਅੰਦਰ ਵੜ ਜਾਏਗਾ ਅਤੇ ਉਹ ਡੁੱਬ ਜਾਏਗਾ, ਪਰ ਡੁੱਬਦਿਆਂ ਉਹ ਘੁੰਮਦਾ ਹੀ ਰਹੇਗਾ। ਤੁਸੀਂ ਇਸ ਡਰੋਪਰ ਨੂੰ ਸਜਾ ਵੀ ਸਕਦੇ ਹੋ ਅਤੇ ਨੇੜਿਓਂ ਦੇਖ ਕੇ ਖੁਸ਼ ਹੋ ਸਕਦੇ ਹੋ। ਇਹ ਬਹੁਤ ਆਨੰਦਦਾਇਕ ਲੱਗਦਾ ਹੈ।